ਨਹੀਂ ਤੇਰੇ ਕੋ ਮਾਸਾ ਤੇਜ ਨਹੀਂ ਹੱਥ ਚਲਾ ਹੁੰਦਾ ਕਿੰਨਾ ਭੰਡਾਰ ਰੱਖਿਆ ਜੇ ਮਾਂਜਣ ਵਾਲਾ ਦੀਦੀ ਮੈਂ ਤੇ ਤੇਜ ਹੀ ਕਰਾਂਗੀ ਹੁਣ ਤੇ ਅੰਦਰ ਭਾਂਡੇ ਲੈ ਕੇ ਰੱਖੀ ਜਾਂਦੇ ਮੈਂ ਕੀ ਕਰਾਂ ਅੱਛਾ ਹੁਣ ਤੂੰ ਮੇਰੇ ਮੂਹਰੇ ਜ਼ਬਾਨ ਚਲਾਏਂਗੀ ਤੈਨੂੰ ਨਹੀਂ ਪਤਾ ਮੈਂ ਤੇਰੀ ਜਠਾਣੀ ਆ ਨਾਲੇ ਤੇਰੇ ਤੋਂ ਪਹਿਲਾਂ ਵਿਆਹੀ ਆ ਇਹ ਘਰ ਚ ਦੀਦੀ ਮੈਨੂੰ ਪਤਾ ਤੁਸੀਂ ਮੇਰੇ ਤੋਂ ਵੱਡੇ ਜੇ ਤਾਂ ਮੈਂ ਤੁਹਾਡੇ ਨਾਲ ਇੱਜ਼ਤ ਨਾਲ ਗੱਲ ਕਰਦੀ ਆ ਇਹ ਪਤੀਲੀ ਤੂੰ ਮਾਂਜੀ ਆ ਆ ਵੇ ਵਿੱਚ ਸਾਰਾ ਸਾਬਣ ਲੱਗਾ ਈ ਦੀਦੀ ਇਹਨੇ ਭਾਂਡੇ ਉੱਚ ਕਿਤੇ ਰਹਿ ਗਿਆ ਹੋਊਗਾ ਸਾਬਣ ਤੁਸੀਂ ਧੋ ਦੋ ਹਮਾਰੀ ਜੀ ਸ਼ਰਮ ਤੇ ਨਹੀਂ ਆਉਂਦੀ ਉੱਤੋਂ ਗਲਤੀ ਕੀਤੀ ਐ ਤੇ ਉੱਤੋਂ ਮੈਨੂੰ ਕਹਿੰਦੀ ਤੂੰ ਹੀ ਭਾਂਡੇ ਮਾਜ ਦੋ ਅੱਛਾ ਉਲਟ ਪੁਲਟ ਕੰਮ ਤੂੰ ਕਰੇ ਤੇ ਮਗਰੋਂ ਸਫਾਈਆਂ ਮੈਂ ਕਰਦੀ ਫਿਰਾਂ ਨਹੀਂ ਦੀਦੀ ਮੈਂ ਇੱਦਾਂ ਤਾਂ ਨਹੀਂ ਕਿਹਾ ਮੈਂ ਤਾਂ ਬਸ ਇੱਕ ਪਤੀਲੀ ਤੁਹਾਨੂੰ ਵਾਸਤੇ ਕਿਹਾ ਮੈਨੂੰ ਪਤਾ ਹੁਣ ਤੁਹਾਡੇ ਟੀਵੀ ਦੇਖਣ ਦਾ ਟਾਈਮ ਹੋਣਦਿਆ ਵਾ ਏਦਾਂ ਨਹੀਂ ਤੂੰ ਬਾਜ ਹੋਣਾ ਮੈਂ ਸਾਬਣ ਹੀ ਚੁੱਕ ਕੇ ਲੈ ਜਾਂਦੀ ਹਾਂ ਮੈਂ ਭਾਂਡੇ ਕਿੰਨਾ ਮਾਂਜਣੇ ਦੀਦੀ ਉਹ ਤੈਨੂੰ ਪਿੱਛੇ ਬਾਲਟਾ ਨਹੀਂ ਵਿਖਾਂਦੇ ਸਵਾਹ ਵਾਲਾ ਦੀਦੀ ਸਵਾਹ ਨਾਲ ਤੇ ਟਾਈਮ ਬਹੁਤ ਲੱਗਣਾ ਵਾ ਉੱਤੋਂ ਠੰਡ ਇੰਨੀ ਆ ਮੈਂ ਕਿੱਥੇ ਇੰਨਾ ਟਾਈਮ ਬੈਠੀ ਰਵਾਂਗੀ ਕੁਛ ਨਹੀਂ ਹੋ ਚੱਲਿਆ ਨਾਲੇ ਸਾਬਣ ਦੀ ਬਰਬਾਦੀ ਨਾ ਹੋਏਗੀ ਤੂੰ ਕਿਤੇ ਗੱਡੀ ਨਹੀਂ ਚੜਨਾ ਜਾਂ ਡਿਊਟੀ ਨਹੀਂ ਜਾਣਾ ਘਰੇ ਰਹਿਣਾ ਮੰਜੇ ਹੀ ਤੋੜਨੇ ਹੀ ਰੱਬਾ ਮੈਂ ਤੇਰੀ ਹਰ ਰਜ਼ਾ ਵਿੱਚ ਰੱਜ ਗਈ ਬਚਪਨ ਤੋਂ ਹੀ ਕੋਈ ਖੁਸ਼ੀ ਨਸੀਬ ਨਹੀਂ ਹੋਈ ਮੈਨੂੰ ਮੈਂ ਸੋਚਿਆ ਚੱਲ ਵਿਆਹ ਤੋਂ ਬਾਅਦ ਉਹ ਖੁਸ਼ੀ ਨਸੀਬ ਹੋ ਜੂਗੀ ਪਰ ਤੂੰ ਪਤਾ ਨਹੀਂ ਕਿਹੜੇ ਜਨਮ ਦਾ ਵੈਰ ਕਰ ਦਿੰਦਾ ਮੇਰੇ ਨਾਲ ਜਿਹੜੇ ਇੱਦਾਂ ਦੇ ਸਹੁਰੇ ਮਿਲਾ ਤੀ ਮੈਨੂੰ ਹੋਰ ਕੀ ਕੰਮ ਤੇ ਮਾਂ ਨੇ ਸਿਖਾਉਣਾ ਹੁੰਦਾ ਤੇ ਮਾਂ ਤੇ ਇਹਦੀ ਨਿੱਕੇ ਹੁੰਦਿਆਂ ਹੀ ਮਰ ਗਈ ਸੀ ਕੰਮ ਵਿਚਾਰੀ ਨੂੰ ਕਿੰਨੇ ਸਿਖਾਉਣਾ ਸੀ ਜੇ ਤੈਨੂੰ ਏਡਾ ਹੀ ਹੇਜ ਆਉਣ ਦੇ ਨਾ ਜਾ ਉਹਦੇ ਨਾਲ ਬਹਿ ਜਾ ਕੇ ਤੇ ਭਾਂਡੇ ਮਜਾ ਹਾਂ ਹੇਜ ਹੂਜ ਤੇ ਮੈਨੂੰ ਕੋਈ ਨਹੀਂ ਆਉਂਦਾ ਮੈਂ ਤੇ ਉਦਾਂ ਡਈ ਗੱਲ ਕਰਨ ਮੈਂ ਕਿਤੇ ਥੋੜਾ ਕੰਮ ਕਰਦੀ ਰਹੀ ਹਾਂ ਇੱਥੇ ਮਹਾਂ ਕਿਤੇ ਤੇ ਹੁਣ ਮੇਰੀ ਪ੍ਰਮੋਸ਼ਨ ਹੋਈ ਹੈ ਥੱਲੇ ਕਿਤੇ ਮੇਰੇ ਕੋਈ ਕੰਮ ਕਰਨ ਵਾਲਾ ਬੰਦਾ ਆਇਆ ਹੈ ਠੀਕ ਆ ਮੈਂ ਤਾਂ ਹੀ ਕਹਾਂ ਵੀ ਬੜੀ ਉਹਦੀ ਹਮਦਰਦੀ ਬਣਨ ਡਈ ਆ ਮੈਂ ਵੀ ਅਜੇ ਭਾਂਡੇ ਕੱਢ ਕੱਢ ਦੇਣੇ ਆ ਫਰਿੱਜ ਖਾਲੀ ਕਰਨੀ ਆ ਕਿੱਦਾਂ ਭਰੀ ਆ ਫਰਿੱਜ ਨਹੀਂ ਲੈ ਜੀ ਪਤੀਲੀ ਮੇਰਾ ਟੀਵੀ ਵੇਖਣ ਦਾ ਟਾਈਮ ਹੋ ਗਿਆ ਜੀ ਠੀਕ ਆ ਦੀਦੀ ਨੀ ਆਵੇ ਭਾਂਡੇ ਮਾਜ ਲਾ ਮੰਮੀ ਜਿੱਦਾਂ ਤੁਸੀਂ ਦੋਵੇਂ ਜਾਣੇ ਮੈਨੂੰ ਭਾਂਡੇ ਲਿਆ ਕੇ ਦੇਣ ਦੇ ਜੇ ਮੇਰਾ ਤੇ ਸਾਰਾ ਦਿਨ ਇੱਥੇ ਨਿਕਲ ਜਾਣਾ ਤੇ ਜੇ ਸਮੇਂ ਦੀ ਇੰਨੀ ਕਦਰ ਹੈ ਨਾ ਤੇ ਹੱਥ ਮਾਸਾ ਸੇਤੀ ਚਲਾ ਲਾ ਟਿਚਕ ਟਿਚਕ ਉੱਥੇ ਲੱਗੀ ਆ ਕੱਲਾ ਸਿਰ ਹਿਲਾਉਣਾ ਨਹੀਂ ਕੁਛ ਵੀ ਹੋਣਾ ਹੱਥ ਵੀ ਚਲਾ ਲਾ ਮਾਸਾ ਤੇਜ ਮੇਰੇ ਪੁੱਤਾਂ ਵਰਗਾ ਵਾ ਮੈਂ ਜ਼ਹਿਰ ਪਾ ਕੇ ਨਹੀਂ ਦੇਣਾ ਉਹਨੂੰ ਤੇਰੇ ਦਿਮਾਗ 'ਚ ਨੁਕਸੀ ਆ ਇਸੇ ਕਰਕੇ ਤੂੰ ਉਦੋਂ ਮੇਰੇ ਪੁੱਤ ਦੇ ਹੱਥ ਚੁੱਕਿਆ ਮੈਂ ਯਾਰ ਭੈਣੇ ਇਹ ਕਰਕੇ ਸਾਗ ਦਿੱਤਾ ਵੀ ਚੱਲ ਨਿਆਣਾ ਚੰਗੀ ਤਰ੍ਹਾਂ ਰੋਟੀ ਖਾ ਲੂਗਾ ਮੈਨੂੰ ਕੀ ਪਤਾ ਤੂੰ ਇਹ ਗੱਲ ਦਾ ਵਲ ਪਾ ਲੈਣਾ ਵਾ ਤੂੰ ਕੀ ਲੈਣਾ ਇਸ ਗੱਲ 'ਚੋਂ ਭਾਵੇਂ ਸੁੱਕੀਆਂ ਰੋਟੀਆਂ ਖਾਵੇ ਭਾਵੇਂ ਗਿੱਲੀਆਂ ਖਾਵੇ ਜਦੋਂ ਆਪਾਂ ਤੁਹਾਡੇ ਤੋਂ ਵਾਕੀ ਹੋ ਗਏ ਤਾਂ ਫਿਰ ਚੱਲ ਜਲੂਸ ਨਾ ਕੱਢ ਲਓ ਹੁਣ ਆ ਪਤਾ ਨਹੀਂ ਕਿਹੜਾ ਆ ਗਈ ਮੂੰਹ ਚੁੱਕ ਕੇ ਠੰਡ 'ਚ ਵੀ ਨਾ ਲੋਕਾਂ ਨੂੰ ਟਿਕਾ ਹੀ ਨਹੀਂ ਹੈਗਾ ਆਹੀ ਟਾਈਮ ਹੁੰਦਾ ਕਿਤੇ ਰਜਾਈ 'ਚ ਵੜ ਕੇ ਤੇ ਬਹੀਏ ਆ ਭੱਜੇ ਫਿਰਦੇ ਆ ਪਤਾ ਨਹੀਂ ਕਿਹੜੇ ਆ ਜਾਂਦੇ ਮੂੰਹ ਚੁੱਕ ਕੇ ਸਤਿ ਸ਼੍ਰੀ ਮਾਸੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੱਸਿਆ ਹੀ ਨਹੀਂ ਚੁੱਪ ਕਰਕੇ ਛਾਪਾ ਮਾਰ ਲਿਆ ਅੱਜ ਨਾ ਛੁੱਟੀ ਸੀ ਇਹਨਾਂ ਨੂੰ ਤੇ ਕਹਿੰਦੇ ਚੱਲ ਸੰਦੀਪ ਨੂੰ ਮਿਲ ਆਉਂਦੇ ਆ ਬੜਾ ਦਿਲ ਕਰਨ ਡਿਆ ਮਿਲਣ ਨੂੰ ਅੱਛਾ ਅੱਛਾ ਕੋਈ ਨਹੀਂ ਉਹ ਤਾਂ ਤੁਹਾਡੀ ਭੈਣ ਦਾ ਘਰ ਆ ਜਦੋਂ ਮਰਜ਼ੀ ਆਓ ਹਾਂਜੀ ਠੀਕ ਹੈ ਜੀ ਹਾਂਜੀ ਆਜੋ 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 ਹਾਂਜੀ ਹਾਂਜੀ ਸੰਦੀਪ
ਸਸਕਾਲ ਸੰਦੀਪ ਆ ਗਿਆ ਹਾਲ ਬਣਾਇਆ ਵਾ ਮੈਂ ਤੈਨੂੰ ਸਵੇਰ ਦਾ ਸਮਝਾਉਣੀ ਆ ਪਿੱਤੀਏ ਜਾ ਕੇ ਤਿਆਰ ਹੋ ਜਾ ਪਰ ਤੁਹਾਡੀ ਭੈਣ ਕੀ ਕੰਮ ਦੇ ਪਿੱਛੇ ਪਈ ਰਹਿੰਦੀ ਆ ਇਹਨੂੰ ਤੇ ਆਪਣੀ ਸੱਦ ਵੱਦ ਭੁੱਲ ਜਾਂਦੀ ਆ ਕੋਈ ਨਹੀਂ ਮਾਸੀ ਜੀ ਇਹਦਾ ਕੰਮ ਨਾਲ ਬੜਾ ਪਿਆਰ ਸੀ ਘਰ ਵੀ ਬੜਾ ਕੰਮ ਕਰਦੀ ਹੁੰਦੀ ਸੀ ਜਾ ਸੰਦੀਪ ਹੱਥ ਹੁੱਥ ਧੋ ਲਾ ਤੇ ਮੈਂ ਚਾਹ ਬਣਾਵਾਂ ਆ ਤਾਂ ਹੀ ਸੰਦੀਪ ਹੱਥ ਸੋਹਣਾ ਲੱਗਦਾ ਪਾਇਆ ਹੈ ਚਲੋ ਆ ਜਾ ਪੰਜ ਮਹੀਨੇ ਚੱਲ ਕੰਮ ਹੀ ਕਰਦੀ ਰਹਿੰਦੀ ਸਾਰਾ ਆ ਜਾ ਤੁਸੀਂ ਵੀ ਆਉਣਾ ਕਿਹੜੀ ਸੋਚਣ ਦੇ ਪਏ ਜੇ ਇੱਧਰ ਕਿੱਧਰ ਮੂੰਹ ਚੁੱਕ ਕੇ ਤੁਰੀ ਆਉਣੀ ਆ ਜਾ ਕੇ ਆਪਣਾ ਮੂੰਹ ਮੱਥਾ ਸਵਾਰ ਲਾ ਮੰਮੀ ਜੀ ਪਹਿਲੇ ਮੈਂ ਵੀਰ ਹੋਣਾ ਲਈ ਚਾਹ ਬਣਾ ਦਾ ਫਿਰ ਬਾਅਦ ਚ ਸਿਰ ਸੁਰਵਾ ਲੈਣੀ ਆ ਚਾਹ ਮੈਂ ਆਪੇ ਬਣਾ ਲੈਣੀ ਆ ਠੀਕ ਆ ਉਹਨਾਂ ਨੇ ਨਾ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰਵਾਈ ਠੀਕ ਆ ਜਾ ਕੇ ਤੇ ਜਾ ਆਪਣਾ ਮੂੰਹ ਮੱਥਾ ਸਵਾਰ ਮੁੜ ਕੇ ਲੋਕੀ ਆਉਂਦੇ ਹੁੰਦੇ ਸਹੁਰੇ ਨਹੀਂ ਚੰਗੇ ਸਹੁਰਿਆਂ ਦਾ ਕਸੂਰ ਕੱਢਦੇ ਆ ਉਹੋ ਜਿਹੇ ਕਿਹਦੇ ਪੇਕੇ ਆ ਇੱਕਦਮ ਆ ਕੇ ਤੇ ਟਪਕ ਗਏ ਇਹਨਾਂ ਦਾ ਨਹੀਂ ਫਰਜ਼ ਨਹੀਂ ਬਣਦਾ ਵੀ ਪਹਿਲੇ ਅਸੀਂ ਫੋਨ ਕਰਕੇ ਤੇ ਆਈਏ ਦੱਸੀਏ ਆਲਾ ਚਾਹ ਪੀਓ ਠੰਡ ਬੜੀ ਆ ਹਾਂਜੀ ਹਾਂਜੀ ਠੰਡ ਤੇ ਬਹੁਤ ਆ ਮਸੀ ਜੀ ਸੰਦੀਪ ਇਹਦਾ ਤਿਆਰ ਤੇ ਰੋਈ ਸੋਹਣੀ ਲੱਗਣੀ ਆ ਇਹਦਾ ਤਿਆਰ ਹੋ ਕੇ ਰਿਹਾ ਕਰ ਅਜੇ ਨਵਾਂ ਨਵਾਂ ਤਾਂ ਤੇਰਾ ਵਿਆਹ ਹੋਇਆ ਆ ਮੈਂ ਤੇ ਨਾ ਇਹਨੂੰ ਕਹਿ ਕੇ ਥੱਕ ਗਈ ਆ ਪਰ ਮੇਰੀ ਤੇ ਸੌਂਦੀ ਗੈਂਦੀ ਨਹੀਂ ਤੁਸੀਂ ਅੱਜ ਸਮਝਾ ਕੇ ਜਾਇਓ ਇਹਨੂੰ ਕੋਈ ਨਹੀਂ ਮੈਂ ਕਹਿ ਦਿੰਦੀ ਆ ਆਲਾ ਚਾਹ ਪੀ ਲਾ ਮਾਸੀ ਜੀ ਤੇਜਿੰਦਰ ਕਿੱਥੇ ਗਿਆ ਜੀ ਉਹ ਥੋੜਾ ਜਿਹਾ ਸ਼ਹਿਰ ਗਿਆ ਸੀ ਕੰਮ ਹੀ ਠੀਕ ਜੀ ਸੰਦੀਪ ਤੇ ਜਠਾਣੀ ਵੀ ਨਹੀਂ ਦੱਸਣ ਦੀ ਗਈ ਹੈ ਕਿਤੇ ਨਹੀਂ ਨਹੀਂ ਭਾਬੀ ਜੀ ਉਹ ਨਾ ਅੰਦਰ ਟੀਵੀ ਦੇਖਣ ਦੇ ਆ ਉਹ ਨਾ ਟੀਵੀ ਦੀ ਬੜੀ ਸ਼ੌਕੀਨ ਆ ਮੈਂ ਨਾ ਕਦੀ ਆਪਣੀਆਂ ਨੌਵਾਂ ਨੂੰ ਕਦੀ ਨੌਵਾਂ ਨਹੀਂ ਸਮਝਿਆ ਧੀਆਂ ਹੀ ਸਮਝਣੀਆਂ ਕੋਈ ਰੋਕ ਟੋਕ ਨਹੀਂ ਜੋ ਮਰਜ਼ੀ ਕਰਨ ਫਿਰ ਤਾਂ ਬਹੁਤ ਵਧੀਆ ਗੱਲ ਹੈ ਮਾਸੀ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਹੋਰ ਕਦੋਂ ਕਦੇ ਆਏ ਤੁਸੀਂ ਆ ਬਸ ਥੋੜ੍ਹਾ ਟਾਈਮ ਹੀ ਹੋਇਆ ਜੇ ਅੱਛਾ ਅੱਛਾ ਮੈਂ ਵੀ ਉਦਾਂ ਛੇਤੀ ਆ ਜਾਣਾ ਸੀ ਤਾਂ ਰਾਜ ਤੇ ਭਾਅ ਜੀ ਧੁੰਦ ਨੇ ਬੁਰਾ ਹਾਲ ਕੀਤਾ ਵੇ ਤੇ ਧੁੰਦ ਸਾਡੇ ਵੱਲ ਵੀ ਬਹੁਤ ਜ਼ਿਆਦਾ ਸੀ ਅੱਛਾ ਅਸੀਂ ਬੜੇ ਆਸਤਾ ਆਸਤਾ ਆਏ ਹਾਂ ਹਾਂਜੀ ਰਾਹ ਤਾਂ ਲੱਭਦਾ ਨਹੀਂ ਆ ਤੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਠੰਡ ਆ ਹੋਰ ਸੁਣਾਓ ਚਾਹ ਚੂ ਪੀ ਲਈ ਜੇ ਹਾਂਜੀ ਹਾਂਜੀ ਅੱਛਾ ਚਾਹ ਪੀ ਲਈ ਤੇਜਿੰਦਰ ਪੁੱਤ ਪਹਿਲੇ ਚਾਹ ਪੀਏਗਾ ਕਿ ਰੋਟੀ ਖਾਏਗਾ ਮੰਮੀ ਚਾਹ ਚੂ ਨਹੀਂ ਪੀਣੀ ਮੈਂ ਨਾ ਰੋਟੀ ਖਾਂਦਾ ਵਾ ਭੁੱਖ ਬਹੁਤ ਲੱਗੀ ਸਵੇਰੇ ਵੀ ਤੁਹਾਨੂੰ ਪਤਾ ਮੈਂ ਇੱਕੋ ਰੋਟੀ ਖਾ ਕੇ ਗਿਆ ਸੀ ਚਲੋ ਕੋਈ ਨਹੀਂ ਤੁਸੀਂ ਬੈਠੋ ਮੈਂ ਬਣਾ ਕੇ ਲਿਆਉਣੀ ਆ ਨਹੀਂ ਸੰਦੀਪ ਤੂੰ ਬਹਿ ਜਾ ਮੈਂ ਸਿੰਮੀ ਨੂੰ ਕਹਿੰਦੀ ਹਾਂ ਅਤੇ ਜਿੰਦਰ ਨੂੰ ਦੋ ਰੋਟੀਆਂ ਲਾ ਦਿੰਦੀ ਆ ਸਾਹਮਣੇ ਹੁਣ ਮੈਨੂੰ ਤਾਂ ਕੇਤਨ ਤੇ ਅਰਸ਼ ਨਾਲ ਹੋਣਾ ਕਿਦਾਂ ਮਗਨ ਹੋਈ ਜ਼ਿਆਦਾ ਚੰਗਾ ਲੱਗਦਾ ਵਾ ਮੈਂ ਇਹ ਕਰਕੇ ਸਬਜ਼ੀ ਲਿਆਤੀ ਮੈਨੂੰ ਕੀ ਪਤਾ ਸੀਗਾ ਸਿੰਮੀ ਨਾ ਸਿਆਪਾ ਪਾਲਣਾ ਵਾ ਨਹੀਂ ਸਿੰਮੀ ਇਹਨੂੰ ਕਿਤੇ ਬੰਦ ਵੀ ਕਰ ਲਿਆ ਕਰ ਦੋ ਘੜੀਆਂ ਬਾਹਰ ਵੇਖ ਲਿਆ ਕਰ ਕੋਈ ਆਇਆ ਕਿ ਨਹੀਂ ਬਾਹਰ ਪ੍ਰਾਹੁਣੇ ਆਏ ਆ ਕੌਣ ਆਇਆ ਮੰਮੀ ਸੰਦੀਪ ਦੇ ਭਾਬੀ ਤੇ ਭਰਾ ਆਏ ਆ ਇਹ ਕਿੱਧਰੋਂ ਆ ਗਏ ਦੱਸ ਬਿਨਾਂ ਦੱਸੇ ਮੂੰਹ ਚੁੱਕ ਕੇ ਕੀ ਗੱਲ ਉਹ ਆ ਨਹੀਂ ਸਕਦੇ ਉਹਨਾਂ ਦੀ ਭੈਣ ਦਾ ਘਰ ਆ ਉਹ ਜਦੋਂ ਮਰਜ਼ੀ ਆ ਸਕਦੇ ਆ ਫਿਰ ਹੁਣ ਇਹਨਾਂ ਨੂੰ ਮਿਲਣ ਵੀ ਜਾਣਾ ਪੈਣਾ ਤੇ ਹੋਰ ਜਾਣਾ ਨਹੀਂ ਨਾਲੇ ਉਹਨਾਂ ਨੂੰ ਮਿਲ ਤੇ ਨਾਲੇ ਤਜਿੰਦਰ ਵਾਸਤੇ ਦੋ ਰੋਟੀਆਂ ਬਣਾ ਲੈ ਮੰਮੀ ਮੈਨੂੰ ਮਿਲਣ ਜਾਣਾ ਔਖਾ ਲੱਗਣ ਡਿਆ ਤੇ ਤੂੰ ਉੱਤੋਂ ਰੋਟੀਆਂ ਦਾ ਵੀ ਸੁਣਾਈ ਜਾ ਕੁਛ ਨਹੀਂ ਹੁੰਦਾ ਕਦੀ ਕਦੀ ਕਰਨਾ ਵੀ ਪੈਂਦਾ ਆ ਨਾਲੇ ਆਪਣੇ ਦਿਮਾਗ ਤੋਂ ਕੰਮ ਲੈ ਜਿੱਦਾਂ ਮੈਂ ਆਨੀ ਨਾ ਉਦਾਂ ਕਰ ਮੰਮੀ ਮੈਨੂੰ ਤਾਂ ਤੇਰੀਆਂ ਗੱਲਾਂ ਦੀ ਕੁਝ ਵੀ ਸਮਝ ਨਹੀਂ ਲੱਗਣ ਡਈ ਮੈਂ ਤੈਨੂੰ ਸਮਝਾਉਣੀ ਆ ਸਿੰਮੀ ਮੇਰੀ ਗੱਲ ਸੁਣ
ओदे भरा भरजाई सामने हुण उहनूं काम कराई जावांगे उहदे कोल ते उहनां ने कहणा साडी भैण नूं ते काम ही रख्या इहनां ने उहनां नूं थोड़ी पता लगन देणा असीं ते असीं उहदे कोल काम वी करवाउणे आ ते जा नाले उहनां नूं मिल ते नाले तजिंदर वास्ते दो रोटियां बणा के दे चल मम्मी चल जन्नी आ ਵਿਆਹੇ ਮੰਮੀ ਸ਼ੈਤਾਨ ਤੂੰ ਵੀ ਬੜੀ ਆ ਤੇਰਾ ਵੀ ਨਾ ਖੁਰਾਫਾਤੀ ਦਿਮਾਗ ਆ ਆ ਗਈ ਮੈਨੂੰ ਸਮਝ ਜਾ ਜਾ ਉੱਠ ਹਾਂਜੀ ਹਾਂਜੀ ਇਹ ਤਾਂ ਹੈ ਭਾਜੀ ਬਾਕੀ ਤੁਹਾਨੂੰ ਪਤਾ ਮੌਸਮ ਦਾ ਹੀ ਇਦਾਂ ਹੈ ਹਿਸਾਬ ਕਿਤਾਬ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿੰਦਰ ਮੈਂ ਰੋਟੀ ਲਾਉਣ ਲੱਗੀ ਤੇ ਆ ਕੇ ਖਾ ਲਈ ਹਾਂਜੀ ਹਾਂਜੀ ਕੋਈ ਨਹੀਂ ਭਾਬੀ ਆ ਜਾਂਦਾ ਮੈਂ ਆ ਜੀ ਫਿਰ ਗਰਮ ਗਰਮ ਖਾ ਲਈ ਹਾਂਜੀ ਠੀਕ ਹਾਂਜੀ ਹਾਂਜੀ ਭਾਜੀ ਸਹੀ ਆ ਭਾਬੀ ਜੀ ਰੋਟੀ ਵਾਸਤੇ ਬੁਲਾਉਣ ਡਿਆ ਤੇ ਫਿਰ ਮੈਂ ਕਹਿੰਦਾ ਇਕੱਠੇ ਖਾ ਲਾਂਗੇ ਸਾਰੇ ਜਾਣੇ ਨਹੀਂ ਕੋਈ ਗੱਲ ਨਹੀਂ ਤੁਸੀਂ ਸਵੇਰ ਦੇ ਗਏ ਗਏ ਤੁਹਾਨੂੰ ਭੁੱਖ ਲੱਗੀ ਨਾਲੇ ਤੁਸੀਂ ਖਾਓ ਰੋਟੀ ਫਿਰ ਮੈਂ ਭਾਬੀ ਉਹਨਾਂ ਨਾਲ ਖਾ ਲਾਂਗੀ ਨਾ ਰੋਟੀ ਅੱਛਾ ਅੱਛਾ ਹਾਂਜੀ ਕੋਈ ਨਾ ਚਾਹ ਪੀਤੀ ਹੋਣੇ ਤੁਸੀਂ ਛਕੋ ਪ੍ਰਸ਼ਾਦਾ ਅੱਛਾ ਚਲੋ ਠੀਕ ਹੈ ਫਿਰ ਮੈਨੂੰ ਤਾਂ ਵਾਕਿਆ ਬੜੀ ਭੁੱਖ ਲੱਗੀ ਹੈ ਸੰਦੀਪ ਜੇ ਕਿਸੇ ਚੀਜ਼ ਦੀ ਲੋੜ ਆ ਤਾਂ ਦੱਸ ਦੇ ਫਿਰ ਲੈ ਕੇ ਦੇ ਜਾਂਦੇ ਆ ਲੈ ਕਿੱਦਾਂ ਦੀਆਂ ਗੱਲਾਂ ਕਰਨ ਡੇ ਹੋ ਤੁਸੀਂ ਸੰਦੀਪ ਮੇਰੀ ਨੂੰਹ ਨਹੀਂ ਮੇਰੀ ਧੀ ਆ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਤਾਂ ਅਸੀਂ ਕਾਹਦੇ ਵਾਸਤੇ ਬੈਠੇ ਹਾਂ ਅਸੀਂ ਲੈ ਕੇ ਦੇਵਾਂਗੇ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੈਨੂੰ ਤਾਂ ਇਹੋ ਹੀ ਬੜੀ ਖੁਸ਼ੀ ਆ ਵੀ ਤੁਸੀਂ ਮਿਲਣ ਆਏ ਜੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਇੰਨਾ ਆਉਣ ਦਾ ਮਾਸੀ ਜੀ ਉਸ ਤਰ੍ਹਾਂ ਦਾ ਨਾ ਸੰਦੀਪ ਮੈਨੂੰ ਦੱਸ ਦਿੰਦੀ ਫੋਨ 'ਤੇ ਸਾਰੀ ਗੱਲ ਕਰ ਲੈਂਦੀ ਆ ਕਿ ਸਹੁਰੇ ਘਰ ਸਭ ਠੀਕ ਠਾਕ ਆ ਅੱਜ ਅੱਖੀਂ ਵੇਖ ਕੇ ਥੋੜ੍ਹੀ ਮਨ ਨੂੰ ਤਸੱਲੀ ਹੋ ਗਈ ਵਧੀਆ ਲੱਗਾ ਸੱਚੀ ਨਾ ਮਾਸੀ ਜੀ ਮੈਨੂੰ ਵੀ ਬਹੁਤ ਵਧੀਆ ਲੱਗਾ ਜਿਸ ਤਰ੍ਹਾਂ ਤੁਸੀਂ ਸਾਰਾ ਪਰਿਵਾਰ ਨਾ ਰਲ ਮਿਲ ਕੇ ਰਹਿੰਦੇ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਹੋਰ ਕੀ ਅਸੀਂ ਤਾਂ ਹੱਥੋਂ ਹੱਥੀ ਝੱਟ ਕੰਮ ਕਰ ਲੈਂਦੇ ਹਾਂ ਅਤੇ ਕੰਮ ਦਾ ਪਤਾ ਹੀ ਨਹੀਂ ਲੱਗਦਾ ਝੱਟ ਨਿਬੜ ਜਾਂਦਾ ਨਹੀਂ ਨਹੀਂ ਮਾਸੀ ਜੀ ਮੈਂ ਤਾਂ ਪੁੱਛਣ ਡਿਆ ਸੀਗਾ ਕਿ ਕਿਸੇ ਚੀਜ਼ ਦੀ ਲੋੜ ਨਾ ਹੋਵੇ ਤੁਹਾਨੂੰ ਪਤਾ ਹੀ ਆ ਮਾਂ ਪਿਓ ਤਾਂ ਸਾਨੂੰ ਛੋਟੇ ਹੁੰਦਿਆਂ ਛੱਡ ਗਏ ਸੀਗੇ ਉਹਨਾਂ ਤੋਂ ਬਾਅਦ ਤਾਂ ਮੈਂ ਹੀ ਇਹਨੂੰ ਪਾਲਿਆ ਅਤੇ ਮੈਨੂੰ ਵੀ ਇਹ ਫਿਕਰ ਸੀਗਾ ਕਿ ਮੇਰੀ ਛੋਟੀ ਭੈਣ ਨੂੰ ਕੋਈ ਦਿੱਕਤ ਨਾ ਆਉਂਦੀ ਹੋਵੇ ਕਿਸੇ ਚੀਜ਼ ਦੀ ਲੋੜ ਨਾ ਹੋਵੇ ਅਤੇ ਮੈਂ ਚੱਲ ਜਾ ਕੇ ਆਪ ਹੀ ਪੁੱਛ ਲਾਉਂਦੇ ਹਾਂ ਅਤੇ ਆਹ ਵੇਖ ਕੇ ਤਾਂ ਮੈਨੂੰ ਬਹੁਤ ਵਧੀਆ ਲੱਗਾ ਅਤੇ ਤੁਸੀਂ ਪੂਰਾ ਪਰਿਵਾਰ ਇਹਦਾ ਸਾਥ ਦੇਣ ਡੇ ਜੇ ਵਧੀਆ ਲੱਗਾ ਜੀ ਹਾਂਜੀ ਹਾਂਜੀ ਇਹ ਠੀਕ ਕਹਿਣ ਡੇ ਆ ਬਾਕੀ ਚਲੋ ਸਾਨੂੰ ਪਤਾ ਲੱਗ ਹੀ ਗਿਆ ਕਿ ਸਾਰਾ ਪਰਿਵਾਰ ਜਿਹੜਾ ਰਲ ਮਿਲ ਕੇ ਬੜਾ ਵਧੀਆ ਰਹਿੰਦਾ ਆ ਇੱਕ ਧੀ ਦੇ ਮਾਪੇ ਹੋਣ ਦੇ ਨਾਤੇ ਨਾ ਤੁਹਾਡਾ ਵੀ ਫਿਕਰ ਕਰਨਾ ਜਾਇਜ਼ ਆ ਪਰ ਤੁਸੀਂ ਨਾ ਆਪਣੇ ਦਿਲ 'ਚੋਂ ਫਿਕਰ ਕੱਢ ਦਿਓ ਸੰਦੀਪ ਬਹੁਤ ਖੁਸ਼ ਆ ਘਰ 'ਚ ਚੰਗਾ ਸੰਦੀਪ ਅਸੀਂ ਚੱਲਦੇ ਹਾਂ ਮੈਂ ਹੋਰ ਵੀ ਕਿਤੇ ਕੰਮ ਜਾਣਾ ਸੀ ਅੱਗੇ ਨਹੀਂ ਵੀਰੇ ਕੋਈ ਗੱਲ ਨਹੀਂ ਰੋਟੀ ਖਾ ਕੇ ਚੱਲ ਜਾਓ ਨਹੀਂ ਨਹੀਂ ਰੋਟੀ ਫੇਰ ਕਿਤੇ ਟਾਈਮ ਕੱਢਾਂਗੇ ਫੇਰ ਬਵਾਂਗੇ ਨਹੀਂ ਨਹੀਂ ਭਾਬੀ ਜੀ ਉਹ ਦੀਦੀ ਬਣਾਉਂਦਾ ਰੋਟੀ ਕੋਈ ਗੱਲ ਨਹੀਂ ਬਾਬੂ ਆਪਾਂ ਲੰਘਦੇ ਨਾ ਆ ਗਏ ਹਾਂ ਫਿਰ ਕਿਤੇ ਖੁੱਲਾ ਟਾਈਮ ਕੱਢ ਕੇ ਆਵਾਂਗੇ ਫਿਰ ਖਾ ਕੇ ਜਾਵਾਂਗੇ ਰੋਟੀ ਚਲੋ ਠੀਕ ਹੈ ਭਾਬੀ ਜੀ ਵੈਸੇ ਮੈਂ ਤਾਂ ਕਹਿੰਦੀ ਸੀ ਰੋਟੀ ਖਾ ਕੇ ਜਾਂਦੇ ਕੋਈ ਨਾ ਸੰਦੀਪ ਅਸੀਂ ਆਵਾਂਗੇ ਫੇਰ ਕਿਤੇ ਟਾਈਮ ਕੱਢ ਕੇ ਆ ਰੱਖ ਤੂੰ ਨਹੀਂ ਆ ਰਹਿਣ ਦੇ ਨਹੀਂ ਨਹੀਂ ਰੱਖ ਲਾ ਇਹ ਕਿਤੇ ਕੋਈ ਲੋੜ ਪੈ ਜਾਂਦੀ ਆ ਚਲੋ ਠੀਕ ਹੈ ਆਪਣਾ ਖਿਆਲ ਰੱਖੀ ਚੰਗਾ ਮਾਸੀ ਅਸੀਂ ਆਵਾਂਗੇ ਫੇਰ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਚੰਗਾ ਸਾਥੀ ਇੱਧਰ ਫੜਾ ਪੈਸੇ ਤੇ ਨਾਲੇ ਆਹ ਜਿਹੜਾ ਤੇਰਾ ਭਰਾ ਭਰਜਾਈ ਖਲਾਰਾ ਪਾ ਕੇ ਗਏ ਨਾ ਇਹ ਚੁੱਕ ਭਾਂਡੇ ਤੇ ਮਾਂ ਜੀ ਜਾ ਕੇ ਤੇ ਨਾਲੇ ਆਹ ਕੱਪੜੇ ਲਾ ਲਾ ਹੁਣ ਬੜੀ ਤੂੰ ਤਿਆਰ ਹੋ ਕੇ ਬੈਠੀ ਆ